ਸਤਿ ਸ਼੍ਰੀ ਅਕਾਲ ਜੀ। ਪੰਜਾਬ ਗਲੋਬਲ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਅਸੀਂ ਇਸ ਟਾਈਮ ਪਹੁੰਚ ਚੁੱਕੇ ਹਾਂ ਜਲੰਧਰ ਜੋਤੀ ਚੌਂਕ, ਔਰ ਜੋ ਇਸ ਟਾਈਮ ਪੂਰਾ ਖਚਾ ਖਚ ਭਰਿਆ ਹੁੰਦਾ ਸੀ ਕਰੋਨਾ ਦੇ ਚੱਲਦੇ ਆ, ਇਸ ਟਾਈਮ ਬਿਲਕੁਲ ਕਰਾਊਡ ਨਹੀਂ ਹੈਗਾ, ਬਿਲਕੁਲ ਖਾਲੀ ਆ ਜੀ। ਆਓ ਲੈ ਚੱਲਦੇ ਤੁਹਾਨੂੰ ਜੋਤੀ ਚੌਂਕ। ਅਸੀਂ ਇਸ ਟਾਈਮ ਜੋਤੀ ਚੌਂਕ ਜਲੰਧਰ ਪਹੁੰਚ ਚੁੱਕੇ ਹਾਂ ਜੀ। ਜੋ ਇਸ ਟਾਈਮ ਤੱਕ ਖਚਾ ਖਚ ਭਰਿਆ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ, ਪੂਰਾ ਖਾਲੀ ਪਿਆ ਜੀ। ਗਿਣੇ ਚੁਣੇ ਲੋਕ ਘੁੰਮ ਰਹੇ ਨੇ। ਇੱਕ ਵਾਰੀ ਕਰੋਨਾ ਦੇ ਚੱਲਦਿਆਂ ਪੂਰੀ ਮਾਰਕੀਟਸ ਬੰਦ ਹੈਗੀ ਆ, ਪੂਰੇ ਦਾ ਪੂਰਾ ਏਰੀਆ ਖਾਲੀ ਆ। ਇਹ ਸਾਈਡ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਸੀ, ਬਟ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਮੇਨ ਮਾਰਕੀਟ ਜੋਤੀ ਚੌਂਕ ਜੀ। ਇਸ ਟਾਈਮ ਆ ਗਏ ਜਲੰਧਰ ਤੋਂ ਕਪੂਰਥਲਾ ਜਾਂਦਾ ਕਪੂਰਥਲਾ ਚੌਂਕ ਦੇ ਵਿੱਚ, ਅਤੇ ਇੱਥੇ ਕੁਛ ਮੁਲਾਜ਼ਮ ਖੜ੍ਹੇ ਸੀ, ਬਹੁਤ ਵਧੀਆ ਆਪਣੀ ਡਿਊਟੀ ਨਿਭਾ ਰਹੇ ਸੀਗੇ। ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਰ ਉਹਨਾਂ ਨਾਲ, ਅਤੇ ਜਿੱਦਾਂ ਕਿ ਕੋਈ ਗੱਡੀਆਂ ਨੋ ਐਂਟਰੀ ਵਿੱਚ ਐਂਟਰ ਹੋ ਜਾਂਦੀਆਂ ਅਤੇ ਉਹਨਾਂ ਨੂੰ ਸਮਝਾਇਆ ਜਾ ਰਿਹਾ, ਉਹਨਾਂ ਨੂੰ ਵਧੀਆ ਤਰੀਕੇ ਨਾਲ ਦੱਸਦੇ ਆ। ਸਤਿ ਸ਼੍ਰੀ ਅਕਾਲ ਜੀ, ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਦੇ ਵਿੱਚ ਕਪੂਰਥਲਾ ਚੌਂਕ 'ਤੇ, ਸਰ ਉਹਨਾਂ ਨਾਲ ਕਰਦੇ ਗੱਲਬਾਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਪੰਜਾਬ ਗਲੋਬਲ ਮੀਡੀਆ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਤੁਹਾਡਾ। ਸਰ, ਤੁਸੀਂ ਲੋਕਾਂ ਨੂੰ ਇਸ ਕਰੋਨਾ ਦੇ ਚੱਲਦੇ ਆ ਕੀ ਕਹਿਣਾ ਚਾਹੁੰਦੇ ਹੋ? ਕਰੋਨਾ ਨੂੰ ਚੱਲਦਿਆਂ ਮਹਾਂਮਾਰੀ 'ਚ ਅਸੀਂ ਤਾਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਘਰਾਂ 'ਚ ਰਹਿਣ, ਸੰਤੁਸ਼ਟ ਰਹਿਣ, ਬਾਹਰ ਨਿਕਲਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ, ਆਪਣੀ ਨਿਗਰਾਨੀ ਆਪ ਕਰਨ। ਮਹਾਂਮਾਰੀ ਦੇ ਵਿੱਚ ਜਿੰਨਾ ਵੀ ਸੇਫ ਰਹਿਣਗੇ, ਘਰ ਰਹਿਣਗੇ, ਜਾਂ ਕੋਈ ਆਪਣਾ ਸਰੀਰ ਦਾ ਸਿਹਤ ਦਾ ਖਿਆਲ ਰੱਖਣਗੇ, ਉਨੇ ਹੀ ਲੋਕ ਚੰਗੇ ਰਹਿਣਗੇ। ਸਾਡੇ ਦੇਖਣ 'ਚ ਆਇਆ, ਅਸੀਂ ਰੋਜ਼ ਚੈਕਿੰਗ ਕਰਦੇ ਹਾਂ, ਤਕਰੀਬਨ ਉਹੀ ਬੰਦਾ ਬਾਹਰ ਨਿਕਲਦਾ ਜਾਂ ਕੋਈ ਦਵਾਈ ਲੈਣੀ ਜਾਂ ਕਿਸੇ ਨੇ ਕੋਈ ਬਿਮਾਰ ਜਾਂਦਾ ਆ। ਇੱਥੇ ਕਪੂਰਥਲਾ ਚੌਂਕ 'ਚ ਜਿਹੜੀ ਕੋਈ ਵੱਡੀ ਗੱਡੀ ਕਪੂਰਥਲੇ ਵੱਲੋਂ ਆਉਂਦੀ ਆ, ਉਹ ਨੋ ਐਂਟਰੀ 'ਚ ਅੱਗੇ ਜਾਂਦੀ, ਇਹਨੂੰ ਰੋਕ ਕੇ ਅਸੀਂ ਕਹਿੰਦੇ ਵੀ ਇੱਧਰ ਦੀ ਨਹੀਂ ਜਾਣਾ, ਬਾਹਰ ਦੀ ਜਾਓ। ਠੀਕ ਹੈ ਜੀ। ਜਿੱਦਾਂ ਸਰ ਮੈਂ ਵੀ ਹੁਣ ਅਸੀਂ ਜੋਤੀ ਚੌਂਕ ਗਏ ਸੀਗੇ, ਤਾਂ ਬਿਲਕੁਲ ਉਹ ਇਸ ਟਾਈਮ ਖਾਲੀ, ਜੋ ਕਿ ਇਸ ਟਾਈਮ ਪੂਰਾ ਖਚਾ ਖਚਾ ਭਰਿਆ ਰਹਿੰਦਾ ਸੀਗਾ। ਔਰ ਇਹ ਜਲੰਧਰ ਪੁਲਿਸ ਦੀ ਮੁਸਤੈਦੀ ਹੈ ਜੀ, ਮਤਲਬ ਕਿ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਤੁਸੀਂ, ਔਰ ਲੋਕਾਂ ਨੂੰ ਗਾਈਡ ਵੀ ਪ੍ਰੋਪਰ ਕਰ ਰਹੇ ਹਾਂ। ਅਤੇ ਸਰ, ਕੋਈ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ? ਮੈਸੇਜ ਇਹੋ ਦੇਣਾ ਚਾਹਾਂਗੇ ਜੀ, ਆਪਣੇ ਸਿਹਤ ਦਾ ਖਿਆਲ ਰੱਖਣ, ਜਿੰਨਾ ਵੀ ਹੋ ਸਕੇ ਆਪਣਾ ਉਪਾਅ ਕਰਨ, ਆਪਣੇ ਘਰਾਂ 'ਚ ਰਹਿਣ, ਬਾਹਰ ਘੱਟ ਨਿਕਲਣ। ਜੇ ਕੋਈ ਜ਼ਰੂਰੀ ਕੰਮ ਆ ਤਾਂ ਫਿਰ ਜਾਣਾ ਵੀ ਬਣਦਾ ਆ, ਅਤੇ ਜ਼ਿਆਦਾ ਲੋਕਾਂ ਨੂੰ ਇਹੋ ਹੀ ਕਹਿਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ, ਅਫਸਰਾਂ ਦੇ ਬਾਲਾ ਤਾਰਾ ਦੇ ਹੁਕਮ ਅਨੁਸਾਰ ਇਹੋ ਹੀ ਕਹਿੰਦੇ ਹਾਂ ਵੀ ਆਪਣੀ ਸਿਹਤ ਦਾ ਖਿਆਲ ਰੱਖਣ, ਜਿੰਨਾ ਵੀ ਹੋ ਸਕੇ ਆਪਣੇ ਸੰਜਮ ਨਾਲ ਆਪਣੇ ਘਰ ਰਹਿਣ, ਆਪਣੇ ਸਿਹਤ ਦਾ ਖਿਆਲ ਰੱਖਣ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ ਤੁਹਾਡਾ।